ਸਿੰਘ ਹੋਰਾਂ ਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੀ ਏਕਤਾ ਹੋਰਾਂ ਹਾਂ। ਮੈਂ ਚੋਣਾਂ ਬਾਰੇ ਸਾਡੀ ਜਥੇਬੰਦੀ ਦੀ ਸਪਸ਼ਟ ਨੀਤੀ ਦੀ ਗੱਲ ਕਰਨ ਲੱਗਿਆ, ਕਿਉਂਕਿ ਸੋਸ਼ਲ ਮੀਡੀਆ ਤੇ ਹੋਰ ਤਰ੍ਹਾਂ ਦੀਆਂ ਅਫਵਾਹਾਂ ਕੋਈ ਕਿਸੇ ਤਰ੍ਹਾਂ ਦੀ ਆਪਣੀ ਮਰਜ਼ੀ ਨਾਲ ਅਫਵਾਹਾਂ ਫੈਲਾ ਰਹੇ ਨੇ। ਚੋਣਾਂ ਦੇ ਵਿੱਚ ਅਸੀਂ ਬੀਜੇਪੀ ਦਾ ਪੰਜਾਬ ਦੇ ਵਿੱਚ ਪੂਰਾ ਵਿਰੋਧ ਕਰਾਂਗੇ, ਜਿੱਥੇ ਵੀ ਆਉਣਗੇ ਉਹਨਾਂ ਨੂੰ ਵੜਨ ਨਹੀਂ ਦੇਵਾਂਗੇ, ਪਿੰਡਾਂ 'ਚ ਉਹਨਾਂ ਨੂੰ ਘਰਾਓ ਵੀ ਕਰਾਂਗੇ ਉਹਨਾਂ ਦੇ, ਕਿਉਂਕਿ ਬੀਜੇਪੀ ਦੀ ਸਰਕਾਰ ਕੇਂਦਰ ਦੇ ਵਿੱਚ ਹੈ। ਕੇਂਦਰ ਸਰਕਾਰ ਤਿੰਨ ਕਾਲੇ ਨੂੰ ਵਾਪਸ ਨਹੀਂ ਲੈ ਜੀ, ਇਹ ਵਿਰੋਧ 'ਚੋਂ ਬੀਜੇਪੀ ਨੂੰ ਅਸੀਂ ਇਸ ਨਿਸ਼ਾਨੇ 'ਤੇ ਰੱਖਾਂ। ਜਿਹੜੀਆਂ ਦੂਜੀਆਂ ਉੱਥੇ ਵਿਰੋਧੀ ਪਾਰਟੀਆਂ ਨੇ, ਭਾਵੇਂ ਕਿਰਦਾਰ ਉਹਨਾਂ ਦਾ ਇਹਨਾਂ ਵਰਗਾ ਹੀ ਆ, ਪਰ ਉਹਨਾਂ ਨੂੰ ਅਸੀਂ ਇਸ ਕਟਹਿਰੇ 'ਚ ਨਹੀਂ ਰੱਖਾਂਗੇ। ਉਹਨਾਂ ਦੀਆਂ ਚੋਣ ਰੈਲੀਆਂ ਦੇ ਵਿੱਚ ਬਾਈਕਾਟ ਕਰਨ ਦਾ ਸੱਦਾ ਦੇਵਾਂਗੇ, ਅਤੇ ਉਹ ਜਿੰਨਾ ਚਿਰ ਇਹ ਮੋਰਚੇ ਫਤਿਹ ਨਹੀਂ ਹੁੰਦੇ ਉਨ੍ਹਾਂ ਚਿਰ ਤੱਕ ਉਹ ਚੋਣ ਰੈਲੀਆਂ ਨਾ ਕਰਨ, ਇਹ ਗੱਲ ਵੀ ਅਸੀਂ ਪਿੰਡਾਂ ਦੀਆਂ ਸੱਥਾਂ 'ਚ ਕਹਾਂਗੇ। ਯਾਨੀ ਹੋਰ ਇਹ ਗੱਲਾਂ ਦਾ ਪ੍ਰਚਾਰ ਇਸੇ ਤਰ੍ਹਾਂ ਹੀ ਅਸੀਂ ਕਿਉਂ ਚਾਹੁੰਦੇ ਹਾਂ ਕਿ ਬੀਜੇਪੀ ਅਤੇ ਦੂਜੀਆਂ ਪਾਰਟੀਆਂ ਦਾ ਨੀਤੀਆਂ ਦੇ ਉੱਤੇ ਕੋਈ ਇੱਕ ਦੂਜੇ ਨਾਲ ਫਰਕ ਨਹੀਂ, ਪਰ ਉਹ ਸੱਤਾ ਤੋਂ ਬਾਹਰ ਨੇ, ਉਹ ਸੱਤਾ 'ਤੇ ਨੇ ਦਿੱਲੀ ਦੀ ਹਕੂਮਤ 'ਤੇ। ਇਸ ਕਰਕੇ ਇਹਨਾਂ ਨੂੰ ਨਖੇੜਾ ਕਰਕੇ ਚੱਲਣਾ ਬਹੁਤ ਜ਼ਰੂਰੀ ਆ। ਇਹ ਮੈਂ ਆਪਣੀ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਨੂੰ ਅਤੇ ਆਪਣੇ ਆਗੂਆਂ ਨੂੰ ਦੁਬਾਰੇ ਫਿਰ ਇਹ ਸੂਚਨਾ ਦਿੰਦਾ ਵੀ ਇਸ ਤਰ੍ਹਾਂ ਦਾ ਵਿਰੋਧ ਹੋਰ ਚੱਕਰਾਂ ਦੇ ਵਿੱਚ ਨਾ ਪਾਓ। ਪਿੰਡਾਂ ਦੇ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਸੱਦਾ ਦਿਓ ਵੀ ਇਹਨਾਂ ਦੀਆਂ ਰੈਲੀਆਂ ਦਾ ਬਾਈਕਾਟ ਕਰੋ, ਅਤੇ ਇਹਨਾਂ ਨੂੰ ਚੋਣਾਂ ਤੱਕ ਇਹ ਪਿੰਡਾਂ 'ਚ ਆ ਕੇ ਰੈਲੀਆਂ ਨਾ ਕਰਨ, ਇਸ ਕਿਸਮ ਦਾ ਪਿੰਡਾਂ ਦੇ ਵਿੱਚ ਗੱਲਾਂ ਲੈ ਕੇ। ਧੰਨਵਾਦ। ਸਿੰਘ ਹੋਰਾਂ ਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੀ ਏਕਤਾ ਹੋਰਾਂ ਹਾਂ। ਮੈਂ ਚੋਣਾਂ ਬਾਰੇ ਸਾਡੀ ਜਥੇਬੰਦੀ ਦੀ ਸਪਸ਼ਟ ਨੀਤੀ ਦੀ ਗੱਲ ਕਰਨ ਲੱਗਿਆ, ਕਿਉਂਕਿ ਸੋਸ਼ਲ ਮੀਡੀਆ ਤੇ ਹੋਰ ਤਰ੍ਹਾਂ ਦੀਆਂ ਅਫਵਾਹਾਂ ਕੋਈ ਕਿਸੇ ਤਰ੍ਹਾਂ ਦੀ ਆਪਣੀ ਮਰਜ਼ੀ ਨਾਲ ਅਫਵਾਹਾਂ ਫੈਲਾ ਰਹੇ ਨੇ। ਚੋਣਾਂ ਦੇ ਵਿੱਚ ਅਸੀਂ ਬੀਜੇਪੀ ਦਾ ਪੰਜਾਬ ਦੇ ਵਿੱਚ ਪੂਰਾ ਵਿਰੋਧ ਕਰਾਂਗੇ, ਜਿੱਥੇ ਵੀ ਆਉਣਗੇ ਉਹਨਾਂ ਨੂੰ ਵੜਨ ਨਹੀਂ ਦੇਵਾਂਗੇ, ਪਿੰਡਾਂ 'ਚ ਉਹਨਾਂ ਨੂੰ ਘਰਾਓ ਵੀ ਕਰਾਂਗੇ ਉਹਨਾਂ ਦੇ, ਕਿਉਂਕਿ ਬੀਜੇਪੀ ਦੀ ਸਰਕਾਰ ਕੇਂਦਰ ਦੇ ਵਿੱਚ ਹੈ। ਕੇਂਦਰ ਸਰਕਾਰ ਤਿੰਨ ਕਾਲੇ ਨੂੰ ਵਾਪਸ ਨਹੀਂ ਲੈ ਜੀ, ਇਹ ਵਿਰੋਧ 'ਚੋਂ ਬੀਜੇਪੀ ਨੂੰ ਅਸੀਂ ਇਸ ਨਿਸ਼ਾਨੇ 'ਤੇ ਰੱਖਾਂ। ਜਿਹੜੀਆਂ ਦੂਜੀਆਂ ਉੱਥੇ ਵਿਰੋਧੀ ਪਾਰਟੀਆਂ ਨੇ, ਭਾਵੇਂ ਕਿਰਦਾਰ ਉਹਨਾਂ ਦਾ ਇਹਨਾਂ ਵਰਗਾ ਹੀ ਆ, ਪਰ ਉਹਨਾਂ ਨੂੰ ਅਸੀਂ ਇਸ ਕਟਹਿਰੇ 'ਚ ਨਹੀਂ ਰੱਖਾਂਗੇ। ਉਹਨਾਂ ਦੀਆਂ ਚੋਣ ਰੈਲੀਆਂ ਦੇ ਵਿੱਚ ਬਾਈਕਾਟ ਕਰਨ ਦਾ ਸੱਦਾ ਦੇਵਾਂਗੇ, ਅਤੇ ਉਹ ਜਿੰਨਾ ਚਿਰ ਇਹ ਮੋਰਚੇ ਫਤਿਹ ਨਹੀਂ ਹੁੰਦੇ ਉਨ੍ਹਾਂ ਚਿਰ ਤੱਕ ਉਹ ਚੋਣ ਰੈਲੀਆਂ ਨਾ ਕਰਨ, ਇਹ ਗੱਲ ਵੀ ਅਸੀਂ ਪਿੰਡਾਂ ਦੀਆਂ ਸੱਥਾਂ 'ਚ ਕਹਾਂਗੇ। ਯਾਨੀ ਹੋਰ ਇਹ ਗੱਲਾਂ ਦਾ ਪ੍ਰਚਾਰ ਇਸੇ ਤਰ੍ਹਾਂ ਹੀ ਅਸੀਂ ਕਿਉਂ ਚਾਹੁੰਦੇ ਹਾਂ ਕਿ ਬੀਜੇਪੀ ਅਤੇ ਦੂਜੀਆਂ ਪਾਰਟੀਆਂ ਦਾ ਨੀਤੀਆਂ ਦੇ ਉੱਤੇ ਕੋਈ ਇੱਕ ਦੂਜੇ ਨਾਲ ਫਰਕ ਨਹੀਂ, ਪਰ ਉਹ ਸੱਤਾ ਤੋਂ ਬਾਹਰ ਨੇ, ਉਹ ਸੱਤਾ 'ਤੇ ਨੇ ਦਿੱਲੀ ਦੀ ਹਕੂਮਤ 'ਤੇ। ਇਸ ਕਰਕੇ ਇਹਨਾਂ ਨੂੰ ਨਖੇੜਾ ਕਰਕੇ ਚੱਲਣਾ ਬਹੁਤ ਜ਼ਰੂਰੀ ਆ। ਇਹ ਮੈਂ ਆਪਣੀ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਨੂੰ ਅਤੇ ਆਪਣੇ ਆਗੂਆਂ ਨੂੰ ਦੁਬਾਰੇ ਫਿਰ ਇਹ ਸੂਚਨਾ ਦਿੰਦਾ ਵੀ ਇਸ ਤਰ੍ਹਾਂ ਦਾ ਵਿਰੋਧ ਹੋਰ ਚੱਕਰਾਂ ਦੇ ਵਿੱਚ ਨਾ ਪਾਓ। ਪਿੰਡਾਂ ਦੇ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਸੱਦਾ ਦਿਓ ਵੀ ਇਹਨਾਂ ਦੀਆਂ ਰੈਲੀਆਂ ਦਾ ਬਾਈਕਾਟ ਕਰੋ, ਅਤੇ ਇਹਨਾਂ ਨੂੰ ਚੋਣਾਂ ਤੱਕ ਇਹ ਪਿੰਡਾਂ 'ਚ ਆ ਕੇ ਰੈਲੀਆਂ ਨਾ ਕਰਨ, ਇਸ ਕਿਸਮ ਦਾ ਪਿੰਡਾਂ ਦੇ ਵਿੱਚ ਗੱਲਾਂ ਲੈ ਕੇ। ਧੰਨਵਾਦ।